सजा कर माता दे उदक दे विच है ये मनुखा दे ही लैण वास्ते तपस्या करती है शक्ति जो नौ महीने माता दे गर्भ दे अंदर एक महीने विच चार हफ्ते हुंदे आ ते नौ चौंकड़े शक्ति हफ्ते शक्ति युग वर्गे लगदे आ ते उत्थे जदों ये मनुखा दे ही धारण करदा ना मानस दे ही वास्ते ਇਹ ਦੁਨੀਆਂ ਤੇ ਆਉਣ ਵਾਸਤੇ ਤਪੱਸਿਆ ਕਰਦਾ ਫਿਰ ਪਰਮੇਸ਼ਰ ਅਕਾਲ ਪੁਰਖ ਉਸ ਅੱਲਾਹ ਤਾਲਾ ਦੇ ਨਾਲੇ ਦੀ ਸੁਰਤ ਲੱਗੀ ਹੈ ਟਿਕਾਣਾ ਇਹਨੂੰ ਮਿਲਿਆ ਪਰ ਦੁਨੀਆਂ ਮੈਂ ਜਗਤ ਵੱਲ ਜਾਵਾਂ ਦੁਨੀਆਂ ਤੇ ਜਾਵਾਂ ਤੇਰਾ ਨਾਮ ਜਪਾਂਗਾ ਦੋ ਹੀ ਕੰਮ ਹੈ ਸੇਵਾ ਤੇ ਸੇਵਾ ਦੂਸਰੀ ਸੇਵਾ ਵੀ ਸੇਵਾ ਤੋਂ ਵੀ ਇਹ ਸੁਰਤੀ ਵੱਧ ਸਰੀਰ ਵੀ ਸਾਡਾ ਜਿਹੜਾ ਸੇਵਾ ਵਿੱਚ ਨਹੀਂ ਲੱਗਦਾ ਇਹ ਸੁਰਤੀ ਸਰਵਰ ਨਹੀਂ ਕਰ ਸਕਦੀ ਸਰਵਰ ਦਾ ਰਾਜ ਟੁੱਟ ਜਾਂਦੀ ਹੈ ਹਰੀ ਸਿੰਘ ਜੀ ਪੁੱਛਣ ਲੱਗੇ ਜੋ ਤੇਰਾ ਕੋਈ ਬਰਹਾ ਹੈ ਤੇਰਾ ਵਾਰਾ ਕੋਈ
ਜਾਣਦੇ ਆ? ਕਹਿੰਦੀ ਹਾਂ। ਫਿਰ ਆ 10 ਨੰਬਰ ਦੀ ਗਲੀ ਦੇ ਅੰਦਰ ਧਿਆਨ ਸਿਉਂ ਦਾ ਹੀ ਘਰ ਹੈ। ਬੇਗੰਪੁਰਦਾ ਵਾਸੀ ਬਣਿਆ ਹਾਂ ਸੁਨ ਸਮਾਧੀ ਲਾ ਕੇ। ਹੁਣ ਫਿਰ ਜਿਹੜੀ ਸੁਰਤੀ ਆ ਜਾਂਦੀ ਕਿੱਧਰ ਨੂੰ ਆ? ਇਹ ਹੈ ਯੋਗ। ਯੋਗ ਕਮਾਉਂਦੀ ਕਮਾਉਂਦੀ ਆਪ ਹੀ ਯੋਗ ਹੋ ਜਾਂਦੀ ਹੈ। ਯੋਗੀ ਆ ਵੇ ਯੋਗੀ ਆ ਕੱਚ ਕਰਤਾ ਤੱਕ ਤੰਗ ਯੋਗੀ ਆ ਵੇ।